ਕੱਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੰਘ ਸਾਹਿਬਾਨ ਦੀ ਮੀਟਿੰਗ ਹੋਣ ਜਾ ਰਹੀ ਹੈ। ਉਸ ਮੀਟਿੰਗ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜੋ ਸਪਸ਼ਟੀਕਰਨ ਦਿੱਤਾ ਗਿਆ ਉਸ ਦੇ ਉੱਤੇ ਵਿਚਾਰ ਵਟਾਂਦਰਾ ਹੋਣ ਜਾ ਰਿਹਾ। ਸਿੱਖ ਕੌਮ ਇਸ ਮੀਟਿੰਗ ਨੂੰ ਬਹੁਤ ਤੀਬਰਤਾ ਨਾਲ ਦੇਖ ਰਹੀ ਹੈ ਕਿ ਸਿੰਘ ਸਾਹਿਬਾਨ ਇਸ ਮਾਮਲੇ ਦੇ ਉੱਤੇ ਕੀ ਫੈਸਲਾ ਲੈਂਦੇ ਨੇ ਤੇ ਕੀ ਸੁਖਬੀਰ ਸਿੰਘ ਬਾਦਲ ਨੂੰ ਇਸ ਸਾਰੇ ਮਾਮਲੇ ਦੇ ਵਿੱਚ ਖਾਸ ਤੌਰ ਤੇ ਸੌਦਾ ਸਾਧ ਨੂੰ ਮਾਫ਼ੀ ਦੇਣ ਦਾ ਮਾਮਲਾ ਜਾਂ ਕਈ ਹੋਰ ਉਹਨਾਂ ਦੇ ਖਿਲਾਫ਼ ਜੋ ਸ਼ਿਕਾਇਤਾਂ ਸੀਗਾ ਤੇ ਉਹਦੇ ਵਿੱਚ ਬਿਲਕੁਲ ਬਰੀ ਕਰ ਦਿੰਦੇ ਨੇ, ਜੇਕਰ ਸਜ਼ਾ ਲਾਉਂਦੇ ਨੇ ਤਾਂ ਕਿਸ ਤਰ੍ਹਾਂ ਦੀ ਸਜ਼ਾ ਲਾਉਂਦੇ ਨੇ ਤੇ ਇਸ ਨੂੰ ਲੈ ਕੇ ਬਹੁਤ ਸਾਰੇ ਲੋਕ ਬਹੁਤ ਜ਼ਿਆਦਾ ਦੇਖ ਰਹੇ ਨੇ ਕਿ ਕੱਲ੍ਹ ਕੀ ਕੁਛ ਹੁੰਦਾ। ਇਸ ਸੰਬੰਧ ਵਿੱਚ ਅਸੀਂ ਸੀਨੀਅਰ ਪੱਤਰਕਾਰ ਬਘੇਲ ਸਿੰਘ ਧਾਲੀਵਾਲ ਉਹਨਾਂ ਨਾਲ ਗੱਲਬਾਤ ਕੀਤੀ ਹੈ। ਸਤਿ ਸ਼੍ਰੀ ਅਕਾਲ ਧਾਲੀਵਾਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਵੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਧਾਲੀਵਾਲ ਸਾਹਿਬ, ਕਿਵੇਂ ਮਹਿਸੂਸ ਕਰਦੇ ਹੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਤੇ ਹੋਰ ਜਿਹੜੇ ਸਿੰਘ ਸਾਹਿਬਾਨ ਨੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਕਿਹੋ ਜਿਹਾ ਫੈਸਲਾ ਲੈਣ? ਦੇਖੋ, ਜੋ ਸਿੱਖ ਕੌਮ ਦਾ, ਜੋ ਖਾਲਸਾ ਪੰਥ ਦਾ, ਜੋ ਉਹਨਾਂ ਦੀ ਮਨੋਵਸਥਾ ਹੈ ਪੰਥ ਦੀ ਅੱਜ, ਉਹ ਤਾਂ ਬੜੇ ਸਖਤ ਫੈਸਲੇ ਦੀ ਉਡੀਕ ਹੈ ਜੀ ਸਿੱਖਾਂ ਨੂੰ ਜੀ। ਪਰ ਇਹ ਡਿਪੈਂਡ ਕਰਦਾ ਸਿੰਘ ਸਾਹਿਬਾਨਾਂ ਤੇ ਜੀ ਕਿ ਉਹ ਅੱਜ ਵੀ, ਜਦੋਂ ਹਾਲਾਤ ਇਹ ਬਣੇ ਹੋਏ ਨੇ ਕਿ ਸਮੁੱਚਾ ਪੰਥ ਇਸ ਅਕਾਲੀ ਦਲ ਦੇ ਇਹਨਾਂ ਪ੍ਰਧਾਨ ਨੂੰ ਜਾਂ ਇਹਨਾਂ ਦੇ ਪਰਿਵਾਰ ਨੂੰ ਜਾਂ ਹੋਰ ਵੀ ਜਿਹੜੇ ਮਤਲਬ ਇਹਨਾਂ ਦੇ ਨਾਲ ਸ਼ਾਮਿਲ ਰਹੇ ਨੇ ਹੁਣ ਤੱਕ ਪੰਥ ਵਿਰੋਧੀ ਕਾਰਵਾਈਆਂ ਦੇ ਵਿੱਚ, ਜਿਨ੍ਹਾਂ ਨੇ ਅਕਾਲੀ ਦਲ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਸਮੁੱਚੇ ਪੰਥ ਦਾ ਕਹਿ ਲਈਏ ਬਹੁਤ ਵੱਡਾ ਨੁਕਸਾਨ ਕੀਤਾ, ਇਹ ਪੰਥ ਸਮਝਦਾ ਸਾਡਾ ਹੁਣ ਇਹ ਮਹਿਸੂਸ ਕਰਦਾ ਜੀ, ਤੇ ਉਹ ਜਦੋਂ ਹੁਣ ਇਹ ਫੈਸਲਾ ਹੋਣ ਵਾਲਾ ਹੈ ਤਾਂ ਉਸ ਮੌਕੇ ਬੜਾ ਕੁਛ ਸਪਸ਼ਟ ਵੀ ਹੋ ਗਿਆ ਉਦੋਂ ਤੱਕ, ਹਨਾ ਜੀ ਜੀ। ਜਿਸ ਤਰ੍ਹਾਂ ਸਰਸੇ ਵਾਲੇ ਨਾਲ ਜਿਹੜੀਆਂ ਇਹਨਾਂ ਦੀਆਂ ਤਾਰਾਂ ਜੁੜਦੀਆਂ ਨੇ, ਆਪਣੇ ਆਪ ਹੀ ਮਾਫ਼ੀ ਦਵਾਉਣੀ, ਆਪਣੇ ਆਪ ਹੀ ਵਾਪਸ ਕਰਾ ਦੇਣੀ, ਆਪਣੇ ਆਪ ਹੀ ਉਹਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਉਹਨੂੰ ਰੋਟੀ ਬੇਟੀ ਦੀ ਸਾਂਝ ਖਤਮ ਕਰ ਦੇਣੀ, ਤੇ ਆਪ ਟੇਢੇ ਢੰਗ ਨਾਲ ਤੇ ਬੜੇ ਮਤਲਬ ਮੀਸਣੇ ਢੰਗ ਨਾਲ ਕਹਿ ਦਈਏ ਸਿੱਖ ਕੌਮ ਨੂੰ ਮੂਰਖ ਬਣਾ ਕੇ ਆਪ ਉਹਨਾਂ ਦੇ ਨਾਲ ਉਹਨਾਂ ਦਾ ਲਾਹਾ ਲੈਣਾ, ਉਹਨਾਂ ਨੂੰ ਮਿਲਣਾ, ਹਨਾ, ਤੇ ਉਹਨਾਂ ਦੇ ਨਾਲ ਉਸੇ ਤਰ੍ਹਾਂ ਰੱਖਣਾ, ਉਹਨਾਂ ਨੂੰ ਜੋ ਉਹਨਾਂ ਦੇ ਹਿੱਤ ਨੇ ਉਹਨਾਂ ਦੀ ਖਿਆਲ ਰੱਖਣਾ ਤੇ ਆਪਣੇ ਹਿੱਤਾਂ ਦਾ ਉਹਨਾਂ ਤੋਂ ਪੂਰਤੀ ਕਰਵਾਉਣੀ, ਇਹ ਸਾਰਾ ਕੁਛ ਟੇਢੇ ਢੰਗ ਨਾਲ ਕਰਾਉਂਦੇ ਰਹੇ, ਉਹ ਸਾਰਾ ਕੁਛ ਸਪਸ਼ਟ ਹੋ ਗਿਆ ਜੀ। ਪਰ ਜਿਹੜੀ ਸਿੰਘ ਸਾਹਿਬਾਨਾਂ ਦੀ ਗੱਲ ਹੈ ਜੀ, ਸਿੰਘ ਸਾਹਿਬਾਨਾਂ ਦੀ ਜੇ ਜੋ ਸਿੱਖ ਕੌਮ ਮਹਿਸੂਸ ਕਰਦੀ ਹੈ, ਜੋ ਆਪਾਂ ਵਿਚਰਦੇ ਹਾਂ ਲੋਕਾਂ ਦੇ ਵਿੱਚ, ਆਮ ਲੋਕਾਂ ਦੀ ਜਿਹੜੀ ਇਹ ਧਾਰਨਾ ਬਣੀ ਹੋਈ ਹੈ ਜਾਂ ਜਿਹੜੀ ਇੱਛਾ ਹੈ ਲੋਕਾਂ ਦੀ, ਉਹ ਤਾਂ ਬੜੇ ਸਖ਼ਤ ਫੈਸਲੇ ਦੀ ਹੈ ਵੀ ਇਹਨਾਂ ਨੂੰ ਪਾਸੇ ਕਰਨਾ ਚਾਹੀਦਾ, ਇੱਕ ਬਿਲਕੁਲ ਇਹਨਾਂ ਨੂੰ 10 ਜਾਂ 15 ਸਾਲ ਤੱਕ ਦਾ ਘੱਟੋ ਘੱਟ ਇਹਨਾਂ ਤੇ ਲਾ ਦੇਣੀ ਚਾਹੀਦੀ ਹੈ ਵੀ ਤੁਸੀਂ ਇਸ ਸਰਗਰਮ ਰਾਜਨੀਤੀ ਤੋਂ ਇਹਨਾਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਜੀ ਜੀ। ਤੇ ਪਰ ਹੁਣ ਇਹ ਇਹਨਾਂ ਤੇ ਡਿਪੈਂਡ ਕਰਦਾ ਬਈ ਇਹ ਜਿਹੜੀ ਭੂਮਿਕਾ ਗਿਆਨੀ ਗੁਰਬਚਨ ਸਿੰਘ ਵਾਲੀ ਨਿਭਾਉਂਦੇ ਨੇ, ਜੇ ਗਿਆਨੀ ਗੁਰਬਚਨ ਸਿੰਘ ਵਾਲੀ ਭੂਮਿਕਾ ਨਿਭਾਉਂਦੇ ਨੇ ਤਾਂ ਸਿੱਖਾਂ ਨੂੰ ਇੱਕ ਵਾਰ ਫੇਰ ਭਾਰੀ ਨਮਾਸ਼ੀ ਝੱਲਣੀ ਪਊ ਤੇ ਇਹਨਾਂ ਨੇ ਕੁਝ ਨੀ ਕਰਨਾ। ਜੇ ਸਿੰਘ ਸਾਹਿਬਾਨਾਂ ਦੇ ਵਿੱਚ ਥੋੜੀ ਬਹੁਤੀ ਵੀ ਗੈਰਤ ਹੋਈ ਜਾਂ ਉਹਨਾਂ ਨੇ ਸਿੱਖ ਕੌਮ ਦੇ ਗੁੱਸੇ ਨੂੰ ਮਹਿਸੂਸ ਕੀਤਾ ਹੋਇਆ
ਜਿਸ ਤਰ੍ਹਾਂ ਉਹ ਹੁਣ ਵਿਦੇਸ਼ੋਂ ਵੀ ਆਏ ਨੇ, ਇਹ ਵੀ ਖਬਰਾਂ ਮਿਲੀਆਂ ਸੀ ਵੀ ਉੱਥੋਂ ਵੀ ਬੜਾ ਦਬਾਅ ਇਹਨਾਂ ਤੇ, ਮਤਲਬ ਜਿਹੜਾ ਪਾਇਆ ਗਿਆ ਇਹਨਾਂ ਤੇ ਕਾਰਵਾਈ ਕਰਨ ਦਾ, ਹਨਾ। ਜੇ ਇਹ ਸਮੁੱਚੇ ਪੰਥ ਨੂੰ ਦੇਖ ਕੇ ਤੇ ਇਸ ਰੁਤਬੇ ਨੂੰ ਧਿਆਨ ਚ ਰੱਖਦੇ ਹੋਏ ਕੋਈ ਫੈਸਲਾ ਲੈਂਦੇ ਨੇ, ਫਿਰ ਤਾਂ ਜ਼ਰੂਰ ਸਖ਼ਤ ਫੈਸਲਾ ਲੈਣਗੇ, ਜੋ ਲੈਣਾ ਵੀ ਬਣਦਾ। ਤੇ ਉਹ ਲੈਣ ਦੀ ਸਥਿਤੀ ਚ ਵੀ ਹੈਗੇ ਨੇ ਅੱਜ। ਜੇ ਆਪਾਂ ਪਹਿਲਾਂ ਪਿਛਲੇ ਸਮਿਆਂ ਦੀ ਗੱਲ ਕਰੀਏ ਤਾਂ ਉਸ ਸਮੇਂ ਸਮੁੱਚਾ ਅਕਾਲੀ ਦਲ, ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਇਹਨਾਂ ਦੇ ਹਰ ਚੰਗੇ ਮਾੜੇ ਫੈਸਲਿਆਂ ਦੇ ਵਿੱਚ ਨਾਲ ਰਹੀ ਆ, ਇਹ ਇਕਜੁੱਟ ਰਹੇ ਨੇ ਜੀ। ਦਰਸ਼ਕ ਸਾਹਿਬ, ਹੁਣ ਬਹੁਤ ਫਰਕ ਹੈ ਉਹਨਾਂ ਗੱਲਾਂ ਦੇ ਵਿੱਚ, ਬਹੁਤ ਫਰਕ ਹੈ ਹੁਣ ਸਮੇਂ ਦਾ। ਹੁਣ ਇਹ ਹੈ ਬਈ, ਅੱਜ ਦੇ ਹਾਲਾਤ ਇਹ ਨੇ ਕਿ ਸ਼੍ਰੋਮਣੀ ਕਮੇਟੀ ਦੇ ਵਿੱਚੋਂ 50 ਤੋਂ ਵੱਧ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਉਹ ਵੀ ਇਹਨਾਂ ਦੇ ਖਿਲਾਫ ਨੇ। ਮੈਂ ਤਾਂ ਸੁਣਿਆ ਵੀ ਉਹ ਪ੍ਰਧਾਨ ਬਣਾਉਣ ਦੇ ਸਮਰੱਥ ਨੇ, ਇੱਥੋਂ ਤੱਕ ਵੀ ਗਿਣਤੀ ਪਹੁੰਚ ਗਈ, ਪਰ ਜਾਨੀ 50 ਤਾਂ ਕਾਫੀ ਦੇਰ ਤੋਂ ਸੁਣਦੇ ਆ ਵੀ 50 ਤੋਂ ਵੱਧ ਜਿਹੜੇ ਮੈਂਬਰ ਨੇ ਉਹ ਦੂਜੇ ਧੜੇ ਦੇ ਨਾਲ ਨੇ ਜੀ, ਜਾਂ ਇਹਨਾਂ ਦੇ ਵਿਰੋਧੀ ਨੇ, ਇਹ ਕਹਿ ਲਓ। ਠੀਕ ਹੈ। ਤੇ ਉਸ ਮੌਕੇ ਫੈਸਲਾ ਲੈਣਾ ਸਿੰਘ ਸਾਹਿਬ ਨੂੰ ਮੇਰੇ ਖਿਆਲ ਚ ਕੋਈ ਔਖਾ ਨਹੀਂ। ਤੇ ਇੱਕ ਮਤਲਬ ਤੁਸੀਂ ਜਿਹੜੀ ਸਿੱਖ ਸੰਗਤ ਹੈ ਉਹ ਚਾਹੁੰਦੀ ਹੈ ਕਿ ਗਿਆਨੀ ਫੂਟਾ ਸਿੰਘ ਵਾਂਗੂ ਜਿਹੜੇ ਗਿਆਨੀ ਰਘਵੀਰ ਸਿੰਘ ਨੇ ਇਹੋ ਜਿਹੀ ਭੂਮਿਕਾ ਨਿਭਾਉਣ। ਬਿਲਕੁਲ ਜੀ, ਗਿਆ ਜੇ ਬਾਬਾ ਫੂਲਾ ਸਿੰਘ ਅਕਾਲੀ ਵਰਗੀ ਭੂਮਿਕਾ ਨਹੀਂ ਵੀ ਨਿਭਾ ਸਕਦੇ ਤਾਂ ਘੱਟੋ ਘੱਟ ਜਿਵੇਂ ਸਾਡੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਰਹੇ ਨੇ ਜੀ, ਘੱਟੋ ਘੱਟ ਉਹਨਾਂ ਉਹਨਾਂ ਜਿੰਨੀ ਜ਼ਰੂਰਤ ਇਹਨਾਂ ਨੂੰ ਜ਼ਰੂਰ ਰੱਖਣੀ ਚਾਹੀਦੀ ਹੈ ਜੀ ਜੀ। ਤੇ ਉਹਨਾਂ ਜ਼ਰੂਰਤ ਵੀ ਨਾ ਰੱਖੋ, ਘੱਟੋ ਘੱਟ ਆਪਣੇ ਰੁਤਬੇ ਦਾ ਖਿਆਲ ਜ਼ਰੂਰ ਰੱਖਦੇ ਹੋਏ ਇਸ ਗੱਲ ਦਾ, ਕੌਮ ਦੀਆਂ ਭਾਵਨਾਵਾਂ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ। ਤੇ ਨਾ ਰੱਖਣ, ਬੇਸ਼ੱਕ ਉਹ ਨਰਮਾਈ ਚ ਰਹਿਣ ਆਪਾਂ, ਕਿਉਂਕਿ ਜਿਹੜਾ ਜਿਸ ਤਰ੍ਹਾਂ ਦਾ ਬੰਦਾ ਹੁੰਦਾ ਉਹਨੂੰ ਆਪਾਂ ਨਹੀਂ ਚੇਂਜ ਕਰ ਸਕਦੇ, ਚਾਹੇ ਉਹ ਕਿੱਡੇ ਵੱਡੇ ਰੁਤਬੇ ਤੇ ਬੈਠ ਜੇ, ਜਿਹੜਾ ਉਹਦਾ ਅੰਦਰੋਂ ਦਿਲ ਦਿਮਾਗ ਹੈ ਉਹ ਤਾਂ ਉਹੀ ਰਹਿਣਾ ਨਾ। ਤੇ ਪਰ ਉਹਨਾਂ ਨੂੰ ਕੌਮ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਤੇ ਉਸ ਅਕਾਲੀ ਫੂਲਾ ਸਿੰਘ ਦੇ ਮਤਲਬ ਵਾਰਸ ਘੱਟੋ ਘੱਟ ਬਣਦੇ ਹੋਏ ਸਹੀ ਫੈਸਲਾ ਤਾਂ ਜ਼ਰੂਰ ਲੈਣਾ ਚਾਹੀਦਾ ਨਾ। ਜੇਕਰ ਮਤਲਬ ਜਿਹੋ ਜਿਹਾ ਵੀ ਫੈਸਲਾ ਦਿੰਦੇ ਨੇ, ਜੇ ਉਸ ਤੋਂ ਸਿੱਖ ਸੰਗਤ ਖੁਸ਼ ਨਾ ਹੋਈ ਤਾਂ ਸੰਤੁਸ਼ਟ ਨਾ ਹੋਈ ਤਾਂ ਆਉਣ ਵਾਲੇ ਹਾਲਾਤ ਕਿਹੋ ਜਿਹੇ ਹੋਣਗੇ? ਹਾਲਾਤ ਮਾੜੇ ਨੇ, ਦੇਖੋ ਜੀ, ਸਿੱਖ ਕੌਮ ਦੇ ਜਿਵੇਂ ਹੋਰ ਮਾੜੇ ਨੇ ਤਾਂ ਹੋਰ ਬਦਤਰ ਹੋ ਜਾਣਗੇ ਜੀ, ਧਾਤੋ ਧੜ ਵਧੀ ਜਾਣੀ ਆ। ਤੇ ਉਹ ਉਹਨਾਂ ਨੇ ਆਪਣੀ ਡਫਲੀ ਵਜਾਉਣੀ ਹੈ, ਕੁਛ ਕੁ ਨੇ ਉੱਧਰ ਤੁਰੇ ਫਿਰਨਾ, ਜਿਸ ਤਰ੍ਹਾਂ ਦੇ ਹਾਲਾਤ ਸਿੱਖਾਂ ਦੇ ਬਣੇ ਹੋਏ ਨੇ ਅੱਜ, ਫਿਰ ਉਸ ਤਰ੍ਹਾਂ ਦੇ ਤੁਹਾਡੇ ਸਾਹਮਣੇ ਨੇ ਜੀ। ਤੇ ਅਸੀਂ ਤਾਂ ਇੱਕ ਵਾਰੀ ਇਹ ਅਪੀਲ ਕਰਾਂਗੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬਈ, ਉਹ ਜੇ ਘੱਟੋ ਘੱਟ ਅਕਾਲੀ ਫੂਲਾ ਸਿੰਘ ਵਾਲੀ ਭੂਮਿਕਾ ਨਹੀਂ ਨਿਭਾ ਸਕਦੇ, ਜੇ ਉਹ ਇਹਨਾਂ ਨੂੰ ਲੋੜ ਦੀ ਸਥਿਤੀ ਚ ਨਹੀਂ ਤਾਂ ਘੱਟੋ ਘੱਟ ਇਹ ਫੈਸਲਾ ਤਾਂ ਲੈ, ਹੁਕਮ ਤਾਂ ਸੁਣਾ ਸਕਦੇ ਨਾ ਵੀ ਤੁਸੀਂ ਆਹ ਚੀਜ਼ ਨਹੀਂ ਕਰੋਗੇ ਜੀ ਜੀ। ਜਦੋਂ ਕਿ ਉਹਨਾਂ ਨੇ ਜਨਤਕ ਤੌਰ ਤੇ ਕਿਹਾ ਵੀ ਮੈਂ ਮੰਨੂਗਾ, ਜੋ ਸਿੰਘ ਸਾਹਿਬ ਕਹਿਣਗੇ ਮੈਂ ਮੰਨੂਗਾ ਜੀ ਜੀ, ਤੇ ਫਿਰ ਇਹਨਾਂ ਨੂੰ ਫੈਸਲਾ ਸਿੱਖ ਭਾਵਨਾਵਾਂ ਅਨੁਸਾਰ ਲੈਣਾ ਚਾਹੀਦਾ, ਸਰਦਾਰ ਸੁਖਬੀਰ ਸਿੰਘ ਬਾਦਲ ਦੇ ਅਨੁਸਾਰ ਨਹੀਂ ਲੈਣਾ ਚਾਹੀਦਾ। ਪਰ ਇੱਕ ਗੱਲ ਇਹ ਹੈ ਕਿ ਮੰਨਦੇ ਆ ਵੀ ਉਹ ਸੁਖਬੀਰ ਸਿੰਘ ਬਾਦਲ ਅਨੁਸਾਰ ਨਹੀਂ ਫੈਸਲਾ ਲੈਣਗੇ, ਪਰ ਕੀ ਪ੍ਰੇਮ ਸਿੰਘ ਚੰਦੂਮਾਜਰਾ, ਕੀ ਸੁਖਦੇਵ ਸਿੰਘ ਢੀਂਡਸਾ ਜਾਂ ਹੋਰ ਜਿਹੜੇ ਲੀਡਰ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਭਾਈਵਾਲ ਸੀਗੇ ਉਹਨਾਂ ਅਨੁਸਾਰ ਲੈਣਾ ਚਾਹੀਦਾ? ਨਾ 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 ਨਾ, ਉਹਨਾਂ ਅਨੁਸਾਰ ਨਹੀਂ ਲੈਣਾ ਚਾਹੀਦਾ। ਮੈਂ ਕਿਹਾ ਜੀ, ਮੈਂ ਕਹਿੰਦਾ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ, ਉਹ ਤਾਂ ਆਪ ਬਰਾਬਰ ਦੇ ਦੋਸ਼ੀ ਨੇ, 19-21 ਦੇ ਫਰਕ ਨੂੰ ਕੀ ਕਰੋਗੇ, 10 ਦਿਨ ਪਹਿਲਾਂ ਹੋ ਗਏ ਇਹ ਬਾਅਦ ਚ ਹੋ ਗਏ ਜੀ। ਤੇ ਗੱਲ ਤਾਂ ਇਹ ਹੈ ਬਈ,
ਇਹਨਾਂ ਦਾ ਜਿਹੜਾ ਹੈਗਾ ਇਹ ਦੋਸ਼ੀ ਤਾਂ ਬਰਾਬਰ ਨੇ, ਦੋਸ਼ੀ ਦੋਸ਼ੀ ਕੋਈ ਘੱਟ ਨਹੀਂ ਹੈਗਾ ਇਹਨਾਂ ਚੋਂ। ਠੀਕ ਹੈ ਵੀ ਇਹ ਜਦੋਂ ਜਮਾਂ ਬੇੜੀ ਡੁੱਬਦੀ ਸੀ, ਡੁੱਬਦੀ ਬੇੜੀ ਤੋਂ ਇਹ ਥੋੜਾ ਜਿਹਾ ਸਾਈਡ ਤੇ ਹੋ ਗਏ, ਡੁੱਬੀ ਹੋਈ ਬੇੜੀ ਤੋਂ, ਡੁੱਬਦੀ ਤੋਂ ਨਹੀਂ, ਡੁੱਬੀ ਹੋਈ ਤੋਂ ਹਾਂਜੀ ਇਹਨਾਂ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਜੇ ਕਹੀਏ ਦੋਸਤੀ ਤਾਂ ਇਹ ਵੀ ਬਰਾਬਰ ਦੇ ਨੇ। ਧੰਨਵਾਦ ਸਾਹਿਬ, ਇੱਕ ਹੋਰ ਵੀ ਗੱਲ ਹੈ, ਜਿਵੇਂ ਤੁਸੀਂ ਇਹ ਕਹਿ ਰਹੇ ਹੋ ਕਿ ਸਿੰਘ ਸਾਹਿਬ ਨੂੰ ਕੋਈ ਅਜਿਹਾ ਫੈਸਲਾ ਲੈਣਾ ਚਾਹੀਦਾ ਹੈ ਕਿ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਾਂ ਇਹਨਾਂ ਦੇ ਨਾਲ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ 20-20 ਜਾਂ 15-15 ਸਾਲ ਵਾਸਤੇ ਸਰਗਰਮ ਸਿਆਸਤ ਤੋਂ ਪਾਸੇ ਕਰ ਦੇਣਾ ਚਾਹੀਦਾ ਹੈ। ਪਰ ਇੱਕ ਗੱਲ ਤਾਂ ਇਹ ਵੀ ਹੈ ਕਿ ਜਿਹੜੀ ਸਿੱਖ ਕੌਮ ਨੇ ਤਾਂ ਹੁਣ ਕਾਂਗਰਸ ਨੂੰ ਵੋਟਾਂ ਪਾਉਣੀ ਸ਼ੁਰੂ ਕਰ ਦਿੱਤੀਆਂ, ਜਦਕਿ ਉਹਨਾਂ ਦੇ ਤਾਂ ਪਾਪ ਬਹੁਤ ਜ਼ਿਆਦਾ ਬਜਰ ਨੇ। ਸਿੱਖਾਂ ਕੋਲੇ ਬਾਦਲ ਕੀ ਹੈ ਤੁਸੀਂ ਇਹ ਦੱਸੋ? ਜੀ ਸਿੱਖ ਇਹ ਜਿਹੜੇ ਕਾਂਗਰਸ ਨੂੰ ਵੋਟਾਂ ਪਾਈਆਂ ਹਾਂ ਕਿਉਂ ਪਾਈਆਂ? ਇਹਨਾਂ ਨੇ ਜੇ ਹਾਲਾਤ ਇਸ ਤਰ੍ਹਾਂ ਦੇ ਪੈਦਾ ਕੀਤੇ ਅਕਾਲੀ ਦਲ ਨੇ ਤਾਂ ਪਾਈਆਂ ਨਾ ਵੋਟਾਂ। ਨਹੀਂ ਨਹੀਂ ਅਕਾਲੀ ਦਲ ਨੇ ਜੋ ਕੁਛ ਕੀਤਾ, ਖਾਸ ਕਰਕੇ ਬਾਦਲ ਪਰਿਵਾਰ ਨੇ ਜੇ ਕਹਿ ਲਈਏ ਜੋ ਕੁਛ ਕੀਤਾ ਉਹ ਤਾਂ ਕਾਂਗਰਸ ਨੂੰ ਬੋਣਾ ਕਰਤਾ। ਇੱਥੋਂ ਦੀ ਕਾਂਗਰਸ ਨੂੰ ਜੇ ਕਹੀਏ, ਜੇ ਇੱਥੋਂ ਦੀ ਬੇਅੰਤ ਸਿੰਘ ਸਰਕਾਰ ਸਭ ਤੋਂ ਜ਼ਾਲਮ ਸਰਕਾਰ ਮੰਨੀ ਗਈ ਹੈ ਪੰਜਾਬ ਵਾਸਤੇ, ਬਾਦਲ ਸਾਹਿਬ ਦੀ ਉਸ ਮੌਕੇ ਦੀ ਭੂਮਿਕਾ ਵੀ ਮਾਰੀ ਰਹੀ ਹੈ, ਉਹ ਉਹ ਵੀ ਜੱਗ ਜ਼ਾਹਰ ਹੈ। ਜੀ ਉਸ ਤੋਂ ਬਾਅਦ ਲਾ ਲਓ ਜਦੋਂ ਤੋਂ ਇਹਨੇ ਸਰਕਾਰ ਇਹ 70-71 ਤੋਂ ਲਾ ਕੇ ਨਕਸਲੀ ਮੂਵਮੈਂਟ ਤੋਂ ਲੈ ਕੇ ਇਹਨਾਂ ਦੇ ਮਰਨ ਤੱਕ ਦੀ ਤੁਸੀਂ ਇਹਦਾ ਪੜਚੋਲ ਕਰੋ ਵੀ ਕਿੰਨਾ ਇਹਨਾਂ ਨੇ ਸਿੱਖੀ ਦਾ ਨੁਕਸਾਨ ਕੀਤਾ, ਜਾਂ ਸਿੱਖ ਜਿਹੜੇ ਪੰਜਾਬ ਦੇ ਵਿੱਚ ਝੂਠੇ ਮੁਕਾਬਲਿਆਂ ਦੀ ਸ਼ੁਰੂਆਤ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ, ਤੇ ਉਹ ਫਿਰ ਜਦੋਂ ਇਸ ਤਰ੍ਹਾਂ ਦੇ ਹਾਲਾਤ ਇਹਨਾਂ ਨੇ ਖੁਦ ਬਣਾਏ ਹੋਣ ਫਿਰ ਲੋਕ ਹੋਰ ਕੀ ਸੋਚਣਗੇ। ਜੀ ਪਰ ਗੱਲ ਤਾਂ ਇਹ ਹੈ ਵੀ ਜੇਕਰ ਤੁਸੀਂ ਆਪਾਂ ਇਹ ਕਹਿ ਰਹੇ ਹਾਂ ਕਿ ਇਹਨਾਂ ਲੀਡਰਾਂ ਨੂੰ ਅਸੀਂ ਚਾਹੁੰਦੇ ਹਾਂ ਵੀ ਇਹ 10-10 ਸਾਲ ਜਾਂ 15-15 ਸਾਲ ਸਰਗਰਮ ਸਰਗਰਮ ਸਿਆਸਤ ਤੋਂ ਲਾਂਭੇ ਹੋ ਜਾਣ, ਤੇ ਇਸ ਤਰੀਕੇ ਨਾਲ ਤਾਂ ਫਿਰ ਸਿੱਖ ਲੀਡਰਸ਼ਿਪ ਬਿਲਕੁਲ ਹੀ ਖਤਮ ਹੋ ਜਾਏਗੀ। ਨਾ ਜੀ, ਸਿੱਖ ਲੀਡਰਸ਼ਿਪ ਕਿਉਂ ਖਤਮ ਹੋ ਜੂ? ਲੀਡਰਸ਼ਿਪ ਤਾਂ ਬਹੁਤ ਆ ਸਾਡੇ ਕੋਲ, ਬਹੁਤ ਇਮਾਨਦਾਰ ਪਏ ਨੇ ਜਿਹੜੇ ਨੌਜਵਾਨੀ ਹੈ, ਨੌਜਵਾਨੀ ਦੇ ਵਿੱਚ ਕੀ ਲੀਡਰਸ਼ਿਪ ਦੀ ਘਾਟ ਆ? ਨਹੀਂ, ਇਹਨਾਂ ਨੇ ਨੇੜੇ ਨਹੀਂ ਲੱਗਣ ਦਿੱਤਾ, ਇਹਨਾਂ ਨੇ ਲੀਡਰਸ਼ਿਪ ਪੈਦਾ ਹੋਣ ਨਹੀਂ ਦਿੱਤੀ। ਜੀ ਇਹ ਥੋੜੋ ਆ ਵੀ ਇਹਨਾਂ ਤੋਂ ਬਹੁਤ ਜ਼ਿਆਦਾ ਸਟਰੋਂਗ ਪਏ ਨੇ ਨੌਜਵਾਨੀ ਹੈ ਜਿਹੜੀ, ਇਹਨਾਂ ਤੋਂ ਕਿਤੇ ਵਧੀਆ ਇਮਾਨਦਾਰ ਸਿੱਖੀ ਪ੍ਰਤੀ ਸਮਰਪਿਤ ਆ ਬਹੁਤ। ਤੁਹਾਨੂੰ ਹੋਰ ਵੀ ਦੱਸਦਾ, ਚਾਹੇ ਉਹ ਕਾਂਗਰਸ ਪਾਰਟੀ ਹੋਵੇ, ਅਕਾਲੀ ਦਲ ਹੋਵੇ, ਜਾਂ ਸਾਰੀਆਂ ਪਾਰਟੀਆਂ ਦੇ ਵਿੱਚ ਬਹੁਤ ਤਰ੍ਹਾਂ ਦੇ ਬਹੁਤ ਵਧੀਆ ਸਿੱਖ ਬੈਠੇ ਨੇ, ਸਿੱਖ ਸੋਚ ਵਾਲੇ ਲੋਕ ਬੈਠੇ ਨੇ, ਇਮਾਨਦਾਰ ਬੈਠੇ ਨੇ। ਇਹ ਜ਼ਰੂਰੀ ਨਹੀਂ ਹੈ ਕੋਈ ਵੀ ਕਾਂਗਰਸ ਜਾਂ ਅਕਾਲੀ ਦਲ ਸਾਰੇ ਮਾੜੇ ਨੇ, ਨਹੀਂ ਬਿਲਕੁਲ ਨਹੀਂ, ਬਹੁਤ ਸਾਰੇ ਇਮਾਨਦਾਰ ਲੋਕ ਨੇ ਸਾਰੀਆਂ ਪਾਰਟੀਆਂ ਦੇ ਵਿੱਚ ਹੀ, ਮਤਲਬ ਤੜਪ ਵੀ ਰੱਖਦੇ ਨੇ, ਪਰ ਉਹਨਾਂ ਦੇ ਪੱਲੇ ਵੀ ਕੁਛ ਨੀ ਤੇ ਉਹ ਕਰ ਵੀ ਕੁਛ ਨੀ ਸਕਦੇ। ਧੰਨਵਾਦ ਸਾਹਿਬ, ਫਿਰ ਇੱਕ ਸਵਾਲ ਇਹ ਵੀ ਹੁੰਦਾ ਹੈ ਕਿ ਜਿਸ ਤਰੀਕੇ ਨਾਲ ਸਿੱਖ ਸੰਗਤ ਨੇ ਸਿੱਖ ਭਾਈਚਾਰੇ ਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾਇਆ ਤੇ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਨੂੰ ਜਿਤਾਇਆ, ਕਿ ਆਉਣ ਵਾਲੀ ਅਕਾਲੀ ਦਲ ਦੀ ਜਿਹੜੀ ਸੋਚ ਹੈ ਇਹੋ ਜੀ ਗਰਮ ਖਿਆਲੀ ਸੋਚ ਹੋਣੀ ਚਾਹੀਦੀ ਹੈ? ਨਹੀਂ ਦੇਖੋ, ਇਹ ਗਰਮ ਖਿਆਲੀ ਨਰਮ ਖਿਆਲੀ ਇਹ ਤਾਂ ਇਹਨਾਂ ਨੇ ਬਣਾ ਲਈ, ਜਿਹੜੀ ਦਿੱਲੀ ਨਾਲ ਮਿਲ ਕੇ ਚੱਲਦੀ ਹੈ ਉਹ ਆਪਣੇ ਆਪ ਨਰਮ ਖਿਆਲੀ ਬਣ ਗਈ, ਤੇ ਜਿਹੜੇ ਆਪਣੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਨੇ ਤੇ ਜਿਹੜੇ ਸਿੱਖ ਜਵਾਨੀ ਨੂੰ ਬਚਾਉਣ ਦੀ ਗੱਲ ਕਰਦੇ ਨੇ ਉਹ ਇਹਨਾਂ ਨੇ ਸਾਡੇ ਆਪਣਿਆਂ ਨੇ ਬਦਨਾਮ ਕਰਤੀ, ਇਹ ਤਾਂ ਗਰਮ ਖਿਆਲੀ ਨੇ। ਜੀ ਗਰਮ ਖਿਆਲੀ ਕਿਉਂ ਨੇ? ਆਪਣੇ ਹੱਕ ਮੰਗਣੇ ਗਰਮ ਖਿਆਲ ਨੇ ਜੀ, ਠੀਕ ਹੈ, ਆਪਣੇ ਹਿੱਤਾਂ ਦੀ ਗੱਲ ਕਰਨੀ ਗਰਮ ਖਿਆਲ ਨੇ ਜੀ,
ਪੰਜਾਬ ਦੀ ਰੱਖਿਆ ਕਰਨੀ, ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ, ਕੋਈ ਗਰਮ ਖਿਆਲੀ ਵਾਲੀ ਗੱਲ ਹੈ ਜੀ? ਬਿਲਕੁਲ ਨਹੀਂ, ਮਤਲਬ ਇਹ ਹੈ ਵੀ ਕਿ ਜਿਹੜੇ ਆਉਣ ਵਾਲੀ ਜਿਹੜੀ ਕੱਲ੍ਹ ਵਾਲੀ ਖਾਸ ਤੌਰ ਤੇ ਮੀਟਿੰਗ ਹੈ, ਇਹ ਬੜੀ ਜਿਹੜੇ ਮਹੱਤਵਪੂਰਨ ਹੈ ਇਸ ਬਿਲਕੁਲ ਸੰਬੰਧ ਵਿੱਚ। ਬਿਲਕੁਲ ਇਹਦੇ ਵਿੱਚ ਜੇ ਇਹ ਕਹਿ ਲਿਆ ਜਾਵੇ ਨਾ ਜੀ ਵੀ ਇਹ ਸਿੱਖ ਕੌਮ ਦੇ ਭਵਿੱਖ ਦਾ ਸਵਾਲ ਹੈ ਕੱਲ ਨੂੰ। ਜੀ, ਜੇ ਆਪਾਂ ਧਾਲੀਵਾਲ ਸਾਹਿਬ, ਇੱਕ ਹੋਰ ਵੀ ਸਵਾਲ ਬਣਦਾ ਹੈ ਕਿ ਕਿਸੇ ਬੁੱਧੀਜੀਵੀਆਂ ਦੀ ਕਮੇਟੀ ਬਣਾ ਦਿੱਤੀ ਜਾਵੇ, ਉਹ ਬੁੱਧੀਜੀਵੀ ਇਸ ਸਾਰੇ ਮਸਲੇ ਦੇ ਉੱਤੇ ਵਿਚਾਰ ਵਟਾਂਦਰਾ ਕਰਕੇ ਫੇਰ ਕੋਈ ਫੈਸਲਾ ਲਿਆ ਜਾਵੇ। ਜੀ ਬਿਲਕੁਲ ਹੋ ਸਕਦਾ ਇਹ, ਜੀ ਪਰ ਜਿੰਨਾ ਚਿਰ ਉਹਦੇ ਉਹਦੇ ਵਾਸਤੇ ਵੀ ਸਾਨੂੰ ਪੰਥ ਨੂੰ ਇੱਕ ਹੋਣਾ ਪਊਗਾ। ਸਾਡੇ ਚ ਏਕਤਾ ਹੀ ਹੈ ਨਹੀਂ ਜੀ, ਅਸੀਂ ਬੜੇ ਧੜਿਆਂ ਚ ਵੰਡੇ ਹੋਏ ਹਾਂ। ਅਸੀਂ ਦੇਖੋ ਜੇ ਅਕਾਲੀ ਦਲ ਤੋਂ ਬਾਅਦ ਕਿੰਨੇ ਧੜੇ ਹੋਰ ਨੇ ਪੰਥਕ, ਪਰ ਕੋਈ ਕਿਸੇ ਦੇ ਵਿੱਚ ਵੀ ਹੈ ਨਹੀਂ, ਕੋਈ ਸਹਿਣ ਸ਼ਕਤੀ ਨਹੀਂ, ਕੋਈ ਇਕੱਠੇ ਨਹੀਂ ਰਹਿੰਦੇ, ਸਾਰੇ ਅਲੱਗ ਅਲੱਗ ਨੇ। ਅਲੱਗ ਅਲੱਗ ਰਹਿਣ ਕੋਈ ਗੱਲ ਨਹੀਂ, ਹਿੰਦੂ ਹਿੰਦੂ ਭਾਈਚਾਰੇ ਦੀਆਂ ਤੁਸੀਂ ਦੱਸੋ ਕਿੰਨੀਆਂ ਜਥੇਬੰਦੀਆਂ ਹੋਣਗੀਆਂ, ਜੀ ਕਿੰਨੇ ਸੰਗਠਨ ਨੇ, ਇਹ ਮੈਂ ਦੇਖਦਾ ਵੀ ਮੈਂ ਤਾਂ ਨਹੀਂ ਇੱਕ ਦੂਜੇ ਦੇ ਵਿਰੋਧ ਚ ਖੜੇ ਦੇਖੇ ਕਦੇ। ਅਸੀਂ ਇੱਕ ਦੂਜੇ ਦੇ ਵਿਰੋਧ ਚ ਡਾਂਗਾ ਸੋਟੀਆਂ ਲੈ ਕੇ ਵੀ ਖੜਦੇ ਹਾਂ, ਅਸੀਂ ਬੰਦੂਕਾਂ ਲੈ ਕੇ ਵੀ ਖੜਦੇ ਹਾਂ। ਜੀ ਇਹ ਸਾਨੂੰ ਇਹ ਇਹਨਾਂ ਗੱਲਾਂ ਦਾ ਵੀ ਧਿਆਨ ਰੱਖਣਾ ਪਊਗਾ ਨਾ, ਇਹ ਵੀ ਸਾਨੂੰ ਘੱਟੋ ਘੱਟ ਸਿੱਖਣਾ ਚਾਹੀਦਾ ਆਪਣੇ ਆਲੇ ਦੁਆਲੇ ਤੋਂ। ਪਰ ਇੱਕ ਗੱਲ ਧਾਲੀਵਾਲ ਸਾਹਿਬ, ਚਲੋ ਠੀਕ ਹੈ, ਤੁਸੀਂ ਜਿਸ ਤਰੀਕੇ ਨਾਲ ਇਸ ਗੱਲ ਤੇ ਜ਼ੋਰ ਦਿੰਦੇ ਹੋ ਕਿ ਸਿੰਘ ਸਾਹਿਬਾਨ ਨੂੰ ਇੱਕ ਅਜਿਹਾ ਫੈਸਲਾ ਲੈਣਾ ਚਾਹੀਦਾ ਹੈ ਜਿਹੜਾ ਕਿ ਸਰਬ ਪ੍ਰਵਾਨਿਤ ਹੋਵੇ, ਸਿੱਖ ਸੰਗਤ ਸਿੱਖ ਭਾਈਚਾਰਾ ਉਸ ਨੂੰ ਪ੍ਰਵਾਨ ਕਰੇ। ਤੇ ਕੱਲ ਨੂੰ ਮਤਲਬ ਤੁਸੀਂ ਜਿਸ ਤਰੀਕੇ ਦੇ ਨਾਲ ਕਹਿ ਰਹੇ ਹੋ ਵੀ ਹੋਰ ਵੀ ਲੀਡਰਸ਼ਿਪ ਹੈ ਜਿਸ ਨੂੰ ਉੱਭਰਨ ਦਾ ਮੌਕਾ ਨਹੀਂ ਦਿੱਤਾ ਗਿਆ ਹੈਗਾ, ਪਰ ਇਹਦੇ ਨਾਲ ਨਾਲ ਜਿਵੇਂ ਹੁਣ ਬਹੁਤ ਸਾਰੀ ਵੱਡੀ ਲੀਡਰਸ਼ਿਪ ਤਾਂ ਮੈਂ ਤਾਂ ਕਹਿੰਦਾ ਫੈਸਲਾ, ਤੁਹਾਡੀ ਗੱਲ ਮੈਂ ਕੱਟਦਾ, ਮੈਂ ਤਾਂ ਕਹਿੰਦਾ ਸਿੰਘ ਸਾਹਿਬ ਨੂੰ ਫੈਸਲਾ ਇਸ ਤਰ੍ਹਾਂ ਦਾ ਲੈਣਾ ਚਾਹੀਦਾ ਵੀ ਉਹ ਇਕੱਲੇ ਸੁਖਬੀਰ ਬਾਦਲ ਤੇ ਨਹੀਂ, ਜਿਹੜਾ ਵਿਰੋਧੀ ਧੜਾ ਉਹਨਾਂ ਨੂੰ ਵੀ ਕਹੇ ਵੀ ਤੁਸੀਂ ਵੀ 5-7 ਸਾਲਾਂ ਵਾਸਤੇ, ਸਾਰਿਆਂ ਨੂੰ ਕਹੇ ਵੀ ਤੁਸੀਂ 5-7 ਸਾਲਾਂ ਵਾਸਤੇ ਕੌਮ ਦੀ ਸੇਵਾ ਕਰੋ। ਨਹੀਂ ਠੀਕ ਹੈ, ਉਹ ਕੌਮ ਦੀ ਸੇਵਾ ਕਰਨਗੇ, ਸਰਗਰਮ ਸਿਆਸਤ ਤੋਂ ਤੁਸੀਂ ਸਿਆਸਤ ਤੋਂ ਪਾਸੇ ਹੋ ਕੇ ਹਾਂਜੀ ਤੁਸੀਂ ਤੁਸੀਂ ਉਹ ਸਿਆਸਤ ਤੋਂ ਪਿਆਸੇ ਹੋ ਜਾਂਦੇ ਨੇ। ਹਾਂ ਤੇ ਇਸ ਦੌਰਾਨ ਜਿਹੜੀਆਂ ਹੁਣ ਗੱਲ ਤਾਂ ਇਹ ਹੈ ਵੀ ਜਿਹੜੀ ਦਿੱਲੀ ਦੀਆਂ ਸ਼ਕਤੀਆਂ ਨੇ ਉਹ ਹੋਰ ਜ਼ਿਆਦਾ ਮਜ਼ਬੂਤ ਹੋ ਜਾਣਗੀਆਂ। ਨਹੀਂ ਜੀ, ਸਾਡੇ ਜਦੋਂ ਸਿੰਘ ਸਾਹਿਬ ਇਹੋ ਜਿਹਾ ਫੈਸਲਾ ਲੈਣਗੇ ਤਾਂ ਉਹ ਕੌਮ, ਜਦੋਂ ਇਹ ਇਸ ਤਰ੍ਹਾਂ ਦਾ ਕੋਈ ਫੈਸਲਾ ਲੈ ਲੈਣਗੇ ਨਾ ਸਖ਼ਤ, ਤਾਂ ਉਹ ਕੌਮ ਨੂੰ ਇਕੱਠੀ ਕਰਨ ਦਾ ਹੁਕਮ ਵੀ ਸੁਣਾ ਸਕਦੇ ਨੇ ਜਿਹੜਾ ਮੰਨਿਆ ਜਾਊਗਾ, ਜੀ ਪੰਥ ਨੂੰ ਸਿਰ ਜੋੜ ਕੇ ਬੈਠਣ ਵਾਸਤੇ ਵੀ ਮਜਬੂਰ ਕਰ ਸਕਦੇ ਨੇ ਫਿਰ ਉਹ, ਕਿਉਂਕਿ ਫਿਰ ਕੌਮ ਕੌਮ ਨੂੰ ਪੰਥ ਨੂੰ ਉਹਨਾਂ ਤੇ ਭਰੋਸਾ ਹੋਜੂ। ਠੀਕ ਹੈ ਧਾਲੀਵਾਲ ਸਾਹਿਬ, ਪੈਦਾ ਹੋਊਗਾ ਵੀ ਹਾਂ ਇਹ ਸਹੀ ਫੈਸਲਾ ਕਰਦੇ ਨੇ। ਧਾਲੀਵਾਲ ਸਾਹਿਬ, ਆਪਾਂ ਇਹ ਮੰਨ ਕੇ ਚੱਲੀਏ ਵੀ ਕੱਲ ਜਿਹੜੀ ਮੀਟਿੰਗ ਹੋ ਰਹੀ ਹੈ ਉਹ ਬਹੁਤ ਹੀ ਮਹੱਤਵਪੂਰਨ ਹੈ, ਤੇ ਸਿੱਖ ਕੌਮ ਆਸ ਕਰ ਰਹੀ ਹੈ ਕਿ ਕੋਈ ਅਜਿਹਾ ਫੈਸਲਾ ਲਿਆ ਜਾਵੇ ਜਿਹੜਾ ਕਿ ਜਿੰਨੇ ਵੀ ਸਾਡੇ ਅਕਾਲੀ ਲੀਡਰ ਨੇ ਜਿਨ੍ਹਾਂ ਨੇ ਗਲਤੀਆਂ ਨਹੀਂ ਗੁਨਾਹ ਕੀਤੇ ਨੇ, ਉਹਨਾਂ ਗੁਨਾਹਾਂ ਦੇ ਲਈ ਉਹਨਾਂ ਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ, ਤੇ ਨਾਲ ਨਾਲ ਇਹ ਅਜਿਹੇ ਲੀਡਰਾਂ ਨੂੰ ਜਿਹੜੀ ਸਿਆਸਤ ਤੋਂ ਪਾਸੇ ਕਰ ਦੇਣਾ ਚਾਹੀਦਾ ਹੈ ਕੁਛ ਸਮੇਂ ਦੇ ਲਈ, ਤੇ ਤਾਂ ਜੋ ਨਵੀਂ ਲੀਡਰਸ਼ਿਪ ਉੱਭਰ ਸਕੇ। ਸ਼ੁਕਰੀਆ, ਧੰਨਵਾਦ ਜੀ।